जी इन्होंने तीनों मिलकर मेरे को मारा था, मैंने मेरी कोई गलती नहीं थी इसमें। तो बदला लेने के लिए? हाँ, बदला लेने के लिए मारा जी। तो उसको नशा नुशा करवाया था पहले? नशा के करता था हमारे साथ, मैं भी करता था, वो भी कर रखा था, लूट दे रखी थोड़ी, वो भी पीता था सर जी। ਚੰਡੀਗੜ੍ਹ ਦੇ 51 ਇੱਕ ਸੋਸਾਇਟੀ ਦੇ ਪਿੱਛੇ ਦੇਰ ਰਾਤ ਇੱਕ ਮਰਡਰ ਦਾ ਮਾਮਲਾ ਸਾਹਮਣੇ ਆਇਆ ਸੀਗਾ, ਜਿਹਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਕਈ ਅਹਿਮ ਖੁਲਾਸੇ ਹੋਏ ਤੇ ਜਿਹੜਾ ਐਕਿਊਜ਼ ਸੀਗਾ ਉਹਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਬੜੇ ਖੁਲਾਸੇ ਇਹਦੇ ਵਿੱਚ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਕਿ ਕਿਉਂ ਉਸਨੇ ਜਿਹੜਾ ਇੱਕ ਆਪਣਾ ਹੀ ਦੋਸਤ, ਇੱਕ ਛੋਟੀ ਜਿਹੀ ਗੱਲ ਪਿੱਛੇ ਝਗੜਾ ਹੋਇਆ ਸੀਗਾ ਕਰੀਬ ਮਹੀਨਾ ਪਹਿਲਾਂ, ਔਰ ਉਹਦਾ ਬਦਲਾ ਲੈਣ ਵਾਸਤੇ ਉਸਨੇ ਬੜੀ ਬੇਰਹਿਮੀ ਦੇ ਨਾਲ ਉਹਦਾ ਮਰਡਰ ਕਰ ਦਿੱਤਾ। ਸਾਡੇ ਨਾਲ ਸੀਨੀਅਰ ਆਫੀਸਰ ਨੇ, ਡੀਸੀਸੀ ਦੇ ਨਾਲ, ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਪੂਰਾ ਜਿਹੜਾ ਹੈਗਾ ਗ੍ਰਿਫਤਾਰੀ ਹੋਈ ਹੈ। ਡੀਐਸਪੀ ਸਰ ਸਾਡੇ ਨਾਲ ਨੇ, ਦਲਬੀਰ ਸਿੰਘ ਬਿੰਦਰ ਜੀ। ਦਲਬੀਰ ਸਰ, ਇਹ ਪੂਰਾ ਮਾਮਲਾ ਕੀ ਸੀ, ਪੁਲਿਸ ਨੂੰ ਕਦ ਪਤਾ ਲੱਗਿਆ ਤੇ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਦੀ ਚੀਜ਼ਾਂ ਨੇ? ਸਵੇਰੇ 8:35 ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਕੋਈ ਬੰਦਾ ਪਿਆ ਹੋਇਆ, ਉੱਥੇ ਐਸਐਚਓ ਸਾਹਿਬ ਗਏ, ਇਹਨਾਂ ਨੇ ਜਾ ਕੇ ਫਿਰ ਇਨਫੋਰਮੇਸ਼ਨ ਦਿੱਤੀ, ਮੈਂ ਵੀ ਮੌਕੇ ਤੇ ਗਿਆ, ਐਸਪੀ ਸਿਟੀ ਸਾਹਿਬ ਵੀ ਆਏ ਸੀ, ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਮਰਡਰ ਹੋਇਆ। ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਮੁਤਾਬਕ ਡੀਸੀਸੀ ਨੇ ਸਾਡੇ ਨਾਲ ਹੋ ਕੇ ਅਸੀਂ ਫਿਰ ਟਰੇਸ ਕੀਤਾ ਇਹਨੂੰ, ਔਰ ਪਤਾ ਲੱਗਿਆ ਕਿ ਮਹੀਨਾ ਕੁ ਪਹਿਲਾਂ ਜਿਹੜਾ ਸੈਕਟਰ ਫੇਸ 7 ਦੇ ਵਿੱਚ ਜਿੱਥੇ ਰਾਤ ਸੌਂਦੇ ਆ ਬਰਾਂਡਿਆਂ ਦੇ ਬਾਹਰ, ਉੱਥੇ ਇਹਨਾਂ ਦਾ ਝਗੜਾ ਹੋਇਆ ਸੀ। ਸੰਜੀਵ, ਕਰਨ ਔਰ ਅਜੀਤ ਨੇ ਮਿਲ ਕੇ ਜਿਹੜਾ ਇਹ ਜਿਹਨੇ ਮਰਡਰ ਕੀਤਾ ਵਿਮਲ, ਇਹਨੂੰ ਕੁੱਟਿਆ ਸੀ। ਓਕੇ, ਔਰ ਉਸ ਤੋਂ ਬਾਅਦ ਇਹ ਮੁਜ਼ੱਫਰਨਗਰ ਚਲੇ ਗਿਆ। ਮੁਜ਼ੱਫਰਨਗਰ ਤੋਂ ਦੁਬਾਰਾ ਇਹ ਬਦਲਾ ਲੈਣ ਵਾਸਤੇ ਆਇਆ ਸੀ, ਕੱਲ 11 ਵਜੇ ਇਹਨੂੰ ਨਾਲ ਲੈ ਕੇ ਤੇ ਇੱਥੇ ਆਇਆ, 51 ਸੈਕਟਰ ਆਇਆ ਸੀ ਇੱਥੇ ਇੰਡੀਅਨ ਸੋਸਾਇਟੀ ਦੇ ਅੱਗੇ, ਇੱਥੇ ਲਿਆ ਕੇ ਫਿਰ ਇਹਨੇ ਪਹਿਲਾਂ ਗਲਾ ਦਬਾਇਆ, ਉਸ ਤੋਂ ਬਾਅਦ ਬੈਲਟ ਦੇ ਨਾਲ ਇਹਨੂੰ ਕੁੱਟ ਕੇ ਮਾਰ ਦਿੱਤਾ। ਠੀਕ ਹੈ, ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ, ਕਿਸ ਤਰ੍ਹਾਂ ਇਹਨੇ ਸਟ੍ਰੈਂਗੂਲੇਟ ਕੀਤਾ, ਕਿਸ ਤਰ੍ਹਾਂ ਇਹਨੇ ਕੋਈ ਨਸ਼ਾ ਨੁਸ਼ਾ ਪਿਲਾ ਕੇ ਕੁਝ ਦਿੱਤਾ ਇਹਨੂੰ? ਹੁਣ ਤੱਕ ਜੋ ਇਹਦੇ ਚ ਇੰਟਰੋਗੇਸ਼ਨ ਚ ਆਇਆ, ਇਹਨਾਂ ਨੇ ਫਲੂਟ ਸੁੱਗਿਆ ਸੀ, ਫਲੂਟ ਦਾ ਨਸ਼ਾ ਹੀ ਕਰਦੇ ਸੀ। ਤੇ ਉਸ ਤੋਂ ਬਾਅਦ ਇਹਨੇ ਮਾਰਿਆ ਕਿਸ ਤਰ੍ਹਾਂ, ਸਟ੍ਰੈਂਗੂਲੇਟ ਕੀਤਾ, ਕਿਸ ਤਰ੍ਹਾਂ ਇਹਨੇ ਜਿਹੜੇ ਹੈਗਾ ਵਾਰਦਾਤ ਪਹੁੰਚਾਇਆ? ਇਹ ਤੇ ਦੱਸਣ ਦੇ ਮੁਤਾਬਕ ਪਹਿਲਾਂ ਇਹਨੇ ਗਲਾ ਘੁੱਟਿਆ, ਗਲਾ ਘੁੱਟਣ ਤੋਂ ਬਾਅਦ ਜਦੋਂ ਬੇਹੋਸ਼ ਹੋ ਗਿਆ ਫਿਰ ਇਹਨੇ ਉਹਨੂੰ ਉਲਟਾ ਕਰਕੇ ਉਹਦੇ ਗਲ ਦੇ ਵਿੱਚ ਬੈਲਟ ਪਾਈਏ, ਇੱਕ ਇਹਦੀ ਆਪਣੀ ਬੈਲਟ ਸੀ, ਇੱਕ ਉਹਦੀ ਲਾ ਕੇ, ਦੋਨੋਂ ਬੈਲਟਾਂ ਪਾ ਕੇ ਪਿੱਛੇ ਲੱਕ ਦੇ ਉੱਤੇ ਲੱਤ ਰੱਖ ਕੇ ਉਹਦੇ ਨਾਲ ਖਿੱਚ ਕੇ ਫਿਰ ਇਹਨੇ ਉਹਦੇ ਮਾਰਿਆ। ਤੇ ਸਰ ਇਹਦਾ ਨਾਂ ਕਿਸ ਤਰ੍ਹਾਂ ਆਇਆ, ਹਿਊਮਨ ਇੰਟੈਲੀਜੈਂਟ ਟੈਕਨੀਕਲ ਜਿਹੜੀ ਹੈਗੀ ਸਰਵਲੈਂਸ ਦੇ ਹਿਸਾਬ ਤੇ ਕਾਬੂ ਕੀਤਾ ਗਿਆ? ਹਾਂ, ਬਸ ਹਾਲੇ ਖੁਲਾਸਾ ਨਹੀਂ ਕਰਦੇ ਅਸੀਂ, ਲੇਕਿਨ ਡੀਸੀਸੀ ਔਰ ਸਾਡੇ ਥਾਣਾ 49 ਦੀ ਫੋਰਸ, ਉਹਨਾਂ ਨੇ ਰਲ ਕੇ ਬਹੁਤ ਚੰਗਾ ਕੰਮ ਕੀਤਾ। ਸਰ ਜਿਹੜਾ ਅਕਿਊਜ਼ਡ ਹੈ ਵਿਮਲ, ਉਹਦੀ ਕੋਈ ਪਹਿਲਾਂ ਵੀ ਕ੍ਰਿਮੀਨਲ ਹਿਸਟਰੀ ਸਾਹਮਣੇ ਆਈ ਹੈ ਜੀ? ਨਹੀਂ, ਹਾਲੇ ਫਿਲਹਾਲ ਨਹੀਂ, ਵੈਸੇ ਛੋਟੀਆਂ ਮੋਟੀਆਂ ਚੋਰੀਆਂ ਕਰਦਾ ਹੈ, ਲੇਕਿਨ ਇਹ ਹਾਲੇ ਸਾਨੂੰ FIR ਬਾਰੇ ਨਹੀਂ ਪਤਾ ਲੱਗਿਆ। ਤੇ ਸਰ ਜਿਹੜਾ ਡਿਸੀਜ਼ ਹੈ ਮਰਨ ਵਾਲਾ, ਉਹਦਾ ਕੋਈ ਰਿਕਾਰਡ ਹੋਵੇ ਹਜੇ ਤੱਕ? ਨਹੀਂ, ਉਹਦਾ ਵੀ ਨਹੀਂ ਪਤਾ ਲੱਗਿਆ, ਨਹੀਂ ਲੱਗਿਆ, ਹਾਲੇ ਵੈਰੀਫਾਈ ਕਰਦੇ ਹਾਂ ਅੱਜ। ਠੀਕ ਹੈ। ਤੇ ਸਰ ਇਹਦੇ ਵਿੱਚ ਕਿੰਨੇ ਲੋਕ ਸ਼ਾਮਿਲ ਸੀਗੇ, ਸਿਰਫ ਇਹ ਦੋ ਹੀ ਸੀਗੇ ਜਾਂ ਹੋਰ ਵੀ ਕੋਈ ਇਹਦੇ ਵਿੱਚ ਸ਼ਾਮਿਲ ਹੈ ਹਜੇ ਤੱਕ? ਨਹੀਂ, ਮਰਡਰ ਕਰਨ ਚ ਇੱਕੋ ਬੰਦਾ ਸ਼ਾਮਿਲ ਹੈ। ਓਕੇ, ਤਾਂ ਕੋਈ ਹੋਰ ਇਹਦੇ ਨਾਲ ਨਹੀਂ ਸੀ? ਨਹੀਂ, ਹੁਣ ਤੱਕ ਨਹੀਂ ਆਇਆ ਕਿ ਇਹਦੇ ਨਾਲ ਕੋਈ ਦੂਸਰਾ ਬੰਦਾ ਸੀ। ਠੀਕ ਹੈ। ਤੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਟ ਵੀ ਕਰ ਰਹੀ ਹੈ, ਲੇਕਿਨ ਇਹ ਜਿਹੜਾ ਐਕਿਊਜ਼ਡ ਹੈ ਵਿਮਲ ਨਾਂ ਦਾ, ਇਹ ਉਨਾਓ ਦਾ ਰਹਿਣ ਵਾਲਾ ਹੈ ਯੂਪੀ ਦਾ, ਤੇ ਇਹ ਆਪਣਾ ਬਦਲਾ ਲੈਣ ਵਾਸਤੇ ਮੁਜ਼ੱਫਰਨਗਰ ਤੋਂ ਵਾਪਸ ਆਇਆ ਸੀਗਾ, ਔਰ ਲੇਟ ਨਾਈਟ ਇਹਨੇ ਇੱਕ ਪਲੈਨਿੰਗ ਦੇ ਤਹਿਤ ਇੱਥੇ ਪਹੁੰਚਿਆ ਤੇ ਉਸਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਉਹਦਾ ਕਲਾ ਕੁੱਟ ਕੇ ਔਰ ਪੂਰਾ ਮਰਡਰ ਕਰਨ ਤੋਂ ਬਾਅਦ ਇੱਥੋਂ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਉਸਨੂੰ ਕਾਬੂ ਕੀਤਾ ਗਿਆ। ਡਿਸਟ੍ਰਿਕਟ ਕ੍ਰਾਈਮ ਸੈੱਲ ਤੇ ਚੰਡੀਗੜ੍ਹ ਦੇ ਸੈਕਟਰ 49 ਦੀ ਪੁਲਿਸ ਨੇ ਇਹ ਪੂਰਾ ਜੁਆਇੰਟ ਆਪਰੇਸ਼ਨ ਦੇ ਤਹਿਤ ਇਸਨੂੰ ਕਾਬੂ ਕੀਤਾ, ਤਾਂ ਕਹਿ ਸਕਦੇ ਹਾਂ ਕਿ ਜਲਦ ਹੀ ਇਹਦੀ ਗ੍ਰਿਫਤਾਰੀ ਜਿਹੜੀ ਕਰਕੇ ਪੂਰਾ ਜਿਹੜਾ ਕੇਸ ਹੈ ਉਹ ਸੌਰਟ ਆਊਟ ਕਰ ਲਿਆ ਗਿਆ। ਚੰਡੀਗੜ੍ਹ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।